ਦੋਵਾਂ ਫੋਰਮਾਂ ਵੱਲੋਂ ਜਿਹੜਾ ਅੰਦੋਲਨ ਚੱਲ ਰਿਹਾ ਉਹਦਾ ਅੱਜ 20ਵਾਂ ਦਿਨ ਹੈਗਾ, ਜਿਹੜਾ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਚੱਲ ਰਿਹਾ। ਇੱਕ ਬਾਰਡਰ ਹੋਰ ਖੋਲ੍ਹਣ ਦਾ ਫੈਸਲਾ ਕੀਤਾ, ਉਹ ਵੀ ਚਲਾਵਾਂਗੇ, ਇਹ ਸਾਰੇ ਬਾਰਡਰ ਚੱਲਣਗੇ। ਸਰਕਾਰ ਆਪਦੇ ਏਜੰਟਾਂ ਰਾਹੀਂ ਪ੍ਰਚਾਰ ਕਰਨ 'ਤੇ ਲੱਗੀ ਹੋਈ ਆ, ਇਹ ਮੋਰਚਾ ਘੱਟ ਰਿਹਾ, ਮੋਰਚਾ ਵੱਧ ਰਿਹਾ ਹੈਗਾ, ਔਰ ਇਹ ਤੀਜਾ ਬਾਰਡਰ ਕਿੱਦਾਂ ਚਲਾਉਣਗੇ ਪੂਰਾ ਜ਼ੋਰ ਲੱਗ ਰਿਹਾ, ਪਰ ਇਹ ਚੱਲੂਗਾ। ਜਿਹੜਾ ਕੱਲ੍ਹ ਸੁਨੀਲ ਜਾਖੜ ਜੀ ਦਾ ਬਿਆਨ ਆਇਆ, ਦੇਖੋ ਉਹਨਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਰਾਹ ਕਿਉਂ ਬੰਦ ਕੀਤੇ, ਇੱਕ ਸ਼ਬਦ ਨਹੀਂ ਬੋਲਿਆ। 70,000 ਅਰਧ ਸੈਨਿਕ ਫੋਰਸ ਹਰਿਆਣੇ ਵਿੱਚ ਕਿਉਂ ਲਾਏ ਗਏ, ਉਹ 'ਤੇ ਇੱਕ ਸ਼ਬਦ ਨਹੀਂ ਲਾਇਆ। ਪੰਜਾਬ ਦੀ ਟੈਰੀਟਰੀ 'ਚ ਵੜ ਕੇ ਜਿਵੇਂ 500 ਤੋਂ ਵੱਧ ਨੌਜਵਾਨ ਜ਼ਖਮੀ ਕੀਤੇ ਆ, ਉਹਨਾਂ 'ਤੇ ਕੋਈ ਗੱਲ ਨਹੀਂ ਕੀਤੀ ਗਈ। ਸ਼ੁਭਕਰਨ ਸਿੰਘ ਨੂੰ ਜਿਵੇਂ ਸ਼ਹੀਦ ਕੀਤਾ ਗਿਆ, ਉਹਨਾਂ 'ਤੇ ਕੋਈ ਗੱਲ ਨਹੀਂ ਕੀਤੀ ਹੈਗੀ। ਜਿਵੇਂ ਪਹਿਲੋਂ ਜਾਨੀ ਜੀ ਅਤੇ ਗਰੇਵਾਲ ਸਾਹਿਬ ਮੋਰਚਾ ਸਾਂਭਦੇ ਸੀ, ਹੁਣ ਪੰਜਾਬ ਭਾਜਪਾ ਪ੍ਰਦੇਸ਼ ਅਧਿਆਕਸ਼ ਨੇ ਇਹ ਫੈਸਲਾ ਹੁਣ ਕੀਤਾ ਵੀ ਮੈਂ ਅੱਗੇ ਆ ਕੇ ਬੋਲਾਂ। ਔਰ ਜਿਹੜੀ ਉਹ ਗੱਲ ਕਹਿ ਰਹੇ ਆ ਪੰਜਾਬ ਨਾਲੋਂ, ਦੇਸ਼ ਨੂੰ, ਦੇਸ਼ ਨਾਲੋਂ ਪੰਜਾਬ ਨੂੰ ਅੱਡ ਕਰ ਰਹੇ ਆ ਕਿ ਸਾਡਾ ਹੱਕ ਨਹੀਂ ਹੈਗਾ ਅਸੀਂ ਦੇਸ਼ ਦੀ ਰਾਜਧਾਨੀ ਦੇ ਵਿੱਚ ਜਾ ਕੇ ਆਪਣਾ ਅੰਦੋਲਨ ਕਰ ਸਕੀਏ। ਉਹ ਕਹਿੰਦੇ ਆ ਵੀ ਇਹ ਨੌਜਵਾਨਾਂ ਨੂੰ ਭੜਕਾ ਰਹੇ ਆ, ਔਰ ਕਿਸਾਨ ਜਿਹੜੇ ਆਗੂਆਂ ਦਾ ਜਿਹੜਾ ਕਰੈਕਟਰ ਹੈ ਉਹ ਖਰਾਬ ਕਰਨ ਦੀ ਗੱਲ ਕੀਤੀ। ਕਾਹਦੇ ਲਈ ਕਿ MSP ਲੀਗਲ ਗਰੰਟੀ ਕਾਨੂੰਨ ਲੈਣਾ ਕਿਸੇ ਨੂੰ ਭੜਕਾਉਣਾ ਹੈਗਾ, ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਕਿਸੇ ਨੂੰ ਭੜਕਾਉਣਾ ਹੈਗਾ, C2 50% ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਕਿਸੇ ਨੂੰ ਭੜਕਾਉਣਾ ਹੈਗਾ। ਤੁਸੀਂ ਬੋਲਿਆ ਵੀ ਸਰਕਾਰ ਆਪਣੇ ਪੱਧਰ 'ਤੇ ਫਸਲੀ ਬੀਮਾ ਯੋਜਨਾ ਸ਼ੁਰੂ ਕਰੇ, ਇਹ ਮੰਗ ਕਰਨੀ ਚਾਹੀਦੀ, ਇਹ ਤਾਂ ਮੰਗ ਸਾਡੀ ਮੁੱਖ ਮੰਗਾਂ 'ਚੋਂ ਹੈਗੀ, ਤੁਹਾਨੂੰ ਵੈਸੇ ਨਹੀਂ ਪਤਾ ਹੈਗਾ। ਸੋ ਜਾਖੜ ਜੀ ਜੇ ਆਤਮਾ ਕਿਤੇ ਜਾਗਦੀ ਹੈਗੀ ਆ, ਅਤੇ ਭਾਜਪਾ ਤੋਂ ਅਸਤੀਫਾ ਦੇ ਕੇ ਬਾਹਰ ਤੁਸੀਂ ਕਹਿੰਦੇ, ਜੇ ਸਾਰੇ ਕਹਿੰਦੇ, ਕਿਹੜਾ ਕਿਸਾਨ ਸੰਗਠਨ ਨਹੀਂ ਕਹਿੰਦਾ ਵੀ 23 ਫਸਲਾਂ 'ਤੇ ਸਾਨੂੰ MSP ਲੀਗਲ ਗਰੰਟੀ ਕਾਨੂੰਨ ਨਾ ਮਿਲੇ, ਬਣਾ ਦਿਓ ਦਿੱਲੀ ਜਾ ਕੇ। ਸੋ ਇਸ ਕਰਕੇ ਗੁੰਮਰਾਹ ਕਰਨਾ ਵੀ ਇਹ ਅਸੀਂ ਸਾਰੇ ਦੇਸ਼ ਦੀ ਮੰਗ ਕਿਉਂ ਚੁੱਕ ਰਹੇ, ਸਾਰੇ ਦੇਸ਼ ਦੀ ਮੰਗ ਚੁੱਕਣਾ ਗੁਨਾਹ ਹੈਗਾ, ਕਿਹੜੇ ਗੁਨਾਹ 'ਚ ਆਉਂਦਾ ਹੈਗਾ। ਤੋ ਇਸ ਕਰਕੇ ਸਾਰੇ ਦੇਸ਼ ਦਾ ਮੁੱਦਾ ਸਾਂਝਾ ਹੈਗਾ, ਤੁਹਾਡੀ ਸਰਕਾਰ WTO ਤੋਂ ਬਾਹਰ ਆਵੇ, ਖੇਤੀ ਸੈਕਟਰ ਨੂੰ ਬਾਹਰ ਕਰੇ। ਔਰ ਮੈਂ ਨਹੀਂ ਕਹਿੰਦਾ ਜਾਖੜ ਸਾਹਿਬ, ਪੰਜਾਬੀਆਂ ਨੂੰ ਗੁੰਮਰਾਹ ਕਰਨਾ, ਮੋਦੀ ਸਰਕਾਰ ਨੂੰ ਬਚਾਉਣਾ, ਔਰ ਜਿਹੜਾ ਉਹਦੇ ਮੱਥੇ 'ਤੇ ਕਲੰਕ ਲੱਗ ਗਿਆ ਉਹ ਤੁਹਾਡੇ ਕੋਲ ਧੋਇਆ ਵੀ ਧੁਲਿਆ ਨਹੀਂ ਜਾਣਾ ਚਾਹੀਦਾ। ਜੇ ਸੱਚੇ ਹੋ ਤਾਂ ਕਿਸਾਨਾਂ ਵਾਲੇ ਪਾਸੇ ਤੁਹਾਨੂੰ ਖੜਨਾ ਚਾਹੀਦਾ। ਧੰਨਵਾਦ। ਅਗਰ ਇਹ ਵੀਡੀਓ ਆਪਕੋ ਪਸੰਦ ਆਇਆ ਹੈ ਤਾਂ ਇਸੇ ਲਾਈਕ ਜ਼ਰੂਰ ਕਰੇਂ। ਅਗਰ ਚੈਨਲ ਅਭੀ ਤੱਕ ਸਬਸਕ੍ਰਾਈਬ ਨਹੀਂ ਕੀਆ ਹੈ ਤਾਂ ਕਰ ਲੇ, ਔਰ ਨੋਟੀਫਿਕੇਸ਼ਨ ਪਾਣੇ ਕੇ ਲਈ ਬੈਲ ਆਈਕਨ ਵੀ ਦਬਾ ਦੇ।